ਬਾਪੂ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਹੋ? ਕੀ ਨਾਂ ਤੁਹਾਡਾ? ਨਾਮ ਕੀ ਹੈ ਤੁਹਾਡਾ? ਅਸੀਂ ਮਦਦ ਕਰਨ ਆਏ ਹਾਂ ਤੁਹਾਡੀ, ਅਸੀਂ ਕੋਈ ਚਾਹ ਪਾਣੀ ਪੀਣਾ, ਰੋਟੀ ਪਾਣੀ ਖਾਣੀ ਆ? ਕੀ ਖਾਣਾ ਦੱਸੋ? ਰੋਟੀ ਖਾਓਗੇ? ਰੋਟੀ ਖਾ ਲੂਗਾ। ਠੀਕ ਆ, ਪੈਸੇ ਨਹੀਂ ਲੈਣੇ? ਪੈਸੇ ਦੇ ਦੋ, ਰੋਟੀ ਖਾਊਗਾ। ਅੱਛਾ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਕਹਾਂ ਕੇ ਰਹਿਣੇ ਵਾਲੇ ਹੋ? ਨੇਪਾਲ ਗਾਓ। ਨੇਪਾਲ ਕਹਾਂ? ਕੌਣ ਸਾ ਜ਼ਿਲ੍ਹਾ? ਅਰਗਾ ਖਾਚੀ। ਠੀਕ ਹੈ ਬਾਬਾ, ਨਾਮ ਕਿਆ ਤੁਹਾਡਾ? ਮੇਰਾ ਨਾਮ ਰਤਨ ਪ੍ਰਸਾਦ ਸ਼ਰਮਾ। ਹਾਂਜੀ, ਠੀਕ ਹੈ ਬਾਬਾ, ਲਿਫਾਫਾ ਫੜਾ ਦੇ ਬਾਬੇ ਦਾ। ਠੀਕ ਹੈ ਬਾਬਾ, ਬਾਬਾ ਘਰ ਜਾਣਾ ਚਾਹੋਗੇ? ਗਾਓ ਘਰ ਜਾਣਾ ਹੈ ਆਪਣਾ ਨੇਪਾਲ? ਪੈਸਾ ਆਏ ਹਮ ਦੇ ਦੇਵੇਂਗੇ, ਪੈਸਾ ਟਿਕਟ ਕਰਵਾ ਦੇਂਗੇ, ਅਭੀ ਰਾਣਾ ਟ੍ਰੇਨ ਕਾ ਟਿਕਟ ਕਰਵਾ ਦੇਂਗੇ ਹਮ, ਅਭੀ ਰਾਣਾ ਦੇ ਦੋ ਬਾਅਦ ਮੇ ਜਾਏਂਗੇ। ਹੈ? ਅਭੀ ਰਾਣਾ ਦੇ ਦੋ ਬਾਅਦ ਮੇ ਜਾਊਂਗਾ। ਬਾਅਦ ਮੇ ਜਾਓਗੇ? ਗਾਓ ਮੇ ਹੈ ਕੋਈ ਬੱਚੇ ਬੁੱਚੇ ਹੈ ਤੁਹਾਡੇ? ਕੋਈ ਤਿੰਨ ਲੜਕੀ ਬੇਟੀ ਹੈ। ਤਿੰਨ ਬੇਟੀ ਹੈ, ਕਿਆ ਕਰਤੀ ਹੈ? ਸਕੂਲ ਜਾਤੀ ਹੈ? ਪੜ੍ਹਤੀ ਹੈ? ਕਹਾਂ ਹੈ? ਸ਼ਾਦੀ ਹੋ ਗਿਆ? ਸ਼ਾਦੀ ਹੋ ਗਈ, ਇੱਕ ਪੜ੍ਹਤੀ ਹੈ। ਇੱਕ ਪੜ੍ਹਤੀ ਹੈ ਤੋ ਤੁਮ ਐਸੇ ਜਹਾਂ ਪੇ ਬਾਬਾ ਕਿਉਂ ਰਹਿ ਰਹੇ ਹੋ? ਇਤਨੀ ਗੰਦਗੀ ਮੇ, ਬਿਨਾ ਕੱਪੜੇ ਕੇ ਲੇਟੇ ਥੇ, ਬਿਲਕੁਲ ਨਗਨ ਅਵਸਥਾ ਮੇ। ਨਹੀਂ, ਅਭੀ ਤੋ ਲੋਗੋ ਨੇ ਡਲਵਾ ਦੀਏ ਕੱਪੜੇ, ਜੋ ਹਮੇ ਆਜ ਤੋ ਮੇਰੇ ਹੀ ਹੈ। ਤੁਹਾਰਾ ਹੀ ਹੈ? ਠੀਕ ਹੈ ਬਾਬਾ, ਤੁਹਾਰਾ ਹੀ ਹੈ, ਬਾਬਾ ਖਾਣਾ ਖਾਓਗੇ? ਚਲੋ ਹਮਾਰੇ ਸਾਥ ਤੇਰੇ ਕੋ ਖਾਣਾ ਖਿਲਾਤੇ ਹਮ। ਚਲੋ ਉਠੋ, ਮੈਂ ਯਹੀ ਖਾ ਲੂੰਗਾ। ਚਲੋ ਚੱਪਲ ਪਹਿਨੋ, ਚਲਤੇ ਹੈ ਖਾਣਾ ਖਿਲਾਤੇ, ਵਾਹ ਹੋਟਲ ਮੇ ਚਲਤੇ, ਹੋਟਲ ਮੇ ਚਲਤੇ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨੇਪਾਲ ਦਾ ਦੱਸਦੇ ਨੇ ਆਪਣੇ ਆਪ ਨੂੰ ਸ਼ਰਮਾ ਜੀ, ਤੇ ਹਾਲਤ ਬਹੁਤ ਖਰਾਬ ਆ, ਬਦਤਰ ਆ। ਤੇ ਇੱਥੇ ਸਾਨੂੰ ਕਾਲ ਆਈ ਸੀ, ਵੀਡੀਓ ਬਣਾ ਕੇ ਭੇਜੀ ਸਾਡੇ ਟੀਮ ਦੇ ਮੈਂਬਰ ਨੇ, ਇੱਧਰ ਆ ਜਾਓ ਅਮਨ, ਗੌਰਵ ਵਾਲਿਆਂ ਨੇ ਭੇਜੀ। ਤੁਸੀਂ ਦੱਸ ਦਿਓ ਕਿਵੇਂ, ਮਤਲਬ ਕਦੋਂ ਦਾ ਇਹ ਇੱਥੇ ਆ? ਹਾਂਜੀ, ਕਿੱਥੇ? ਇੱਦਾਂ ਹੀ ਪਏ ਨੇ? ਹਾਂਜੀ, ਇੱਦਾਂ ਹੀ ਪੈ ਰਹਿੰਦੇ ਵੀਰੇ? ਤੁਹਾਡੀ ਦੁਕਾਨ ਕਿਹੜੀ ਆ? ਅਰਪਣ। ਇੱਕ ਇਕੱਲਾ ਹੀ ਹੈਗਾ ਕੋਈ ਨਾਲ ਸੀ ਇਹਦੇ? ਕੱਲ ਜਿਵੇਂ ਵੀਡੀਓ ਆਈ ਸੀ, ਬਿਨਾਂ ਕੱਪੜਿਆਂ ਤੋਂ ਪਿਆ ਸੀ, ਬਿਲਕੁਲ ਨੰਗਾ। ਸ਼ਰਾਬ ਸ਼ਰੂਬ ਪੀਂਦਾ ਕੋਈ ਜਾਂ ਕੀ ਕਰਦਾ? ਓਕੇ, ਨਸ਼ਾ ਕੋਈ ਨੀ ਕਰਦਾ। ਖੁਰਕ ਪਈ ਹੋਈ ਪੂਰੀ ਬਾਡੀ ਤੇ, ਖਾਏ ਹੋ ਰਹੀ ਸੀ ਬਾਡੀ, ਸਕਿਨ ਖਰਾਬ ਹੋਈ। ਤੁਸੀਂ ਭੇਜੀ ਸੀ? ਥੈਂਕ ਯੂ ਬ੍ਰਦਰ, ਕੀ ਨਾਂ ਤੁਹਾਡਾ? ਦੀਪੇ ਵੀਰੇ, ਧੰਨਵਾਦ ਤੇਰਾ ਛੋਟੇ ਵੀਰੇ, ਬਹੁਤ ਬਹੁਤ ਸ਼ੁਕਰੀਆ। ਅੱਛਾ ਜੀ, ਪੂਰੀ ਸਕਿਨ ਖਰਾਬ ਹੋਈ ਹੋਈ ਆ ਨਾ ਇਹਦੇ? ਦੇਖੋ ਜੀ, ਪੂਰੀ ਬਾਡੀ ਦੇ ਉੱਤੇ ਨਾ ਕੱਪੜੇ ਉਤਾਰਾ, ਸਾਰੀ ਸਕਿਨ ਖਰਾਬ ਹੋਈ ਹੋਈ ਆ, ਜਿਹਦੇ ਕਰਕੇ ਇਹਦੇ ਖਾਜ ਹੁੰਦੀ ਆ, ਪੈਰ ਵੀ ਗਲੇ ਪਏ ਆ ਇਹਦੇ, ਸਕਿਨ ਪੈਰਾਂ ਦੀ ਵੀ, ਹੱਥਾਂ ਤੇ ਵੀ। ਆ ਦੇਖੋ, ਸਾਰੇ ਖਾਜ ਦੇ ਨਾਲ ਨਾ ਮਾਸ ਲਈ ਜਾਂਦਾ, ਤੇ ਇਹ ਪਰਦੇਸੀ ਆ, ਆਊਟ ਆਫ ਕੰਟਰੀ ਆ, ਨੇਪਾਲ ਦਾ ਰਹਿਣ ਵਾਲਾ ਵਿਚਾਰਾ। ਬਹੁਤ ਸਾਰੇ ਨੇਪਾਲੀ ਭਰਾ ਸਾਡੇ ਇੱਥੇ ਪੰਜਾਬ ਦੇ ਵਿੱਚ ਆਉਂਦੇ ਨੇ ਆਪਣੀ ਕਿਰਤ ਕਮਾਈ ਵਾਸਤੇ, ਆਪਣੇ ਬੱਚਿਆਂ ਦੇ ਚੰਗਾ ਜੀਵਨ ਜਾਪਣ ਵਾਸਤੇ, ਮਿਹਨਤ ਮਜ਼ਦੂਰੀ ਕਰਨ ਵਾਸਤੇ। ਪਰ ਜਦੋਂ ਕਈ ਵਾਰੀ ਕਿਸੇ ਦੇ ਹਾਲਾਤ ਇਸ ਤਰ੍ਹਾਂ ਹੋ ਜਾਂਦੇ ਆ, ਅੱਜ ਸਾਡਾ ਸਮਾਜ ਇੰਨਾ ਸੈਲਫਿਸ਼ ਹੋ ਗਿਆ,
ਵੀ ਕੋਈ ਦੂਸਰੇ ਦੀ ਬਾਹ ਫੜ ਕੇ ਰਾਜੀ ਨੀ ਹੈਗਾ। ਫਿਰ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਕਮਿਸ਼ਨ ਜਾਂਦਾ ਉਹਦੀ ਹਾਲਤ ਹੋਰ ਵੱਧ ਤੋਂ ਵੱਧ ਹੋ ਜਾਂਦੀ, ਕੋਈ ਉਹਨੂੰ ਪੁੱਛਣ ਵਾਲਾ ਨੀ, ਕੋਈ ਉਹਨੂੰ ਦੇਖਣ ਵਾਲਾ ਨੀ, ਫਿਰ ਸਾਡਾ ਸਿਸਟਮ ਵੀ ਨੀ ਕੰਮ ਕਰ ਰਿਹਾ ਕੋਈ। ਜਾਂ ਤਾਂ ਹੋਵੇ ਚਲੋ ਲੋਕ ਨੀ ਧਿਆਨ ਦਿੰਦੇ ਤਾਂ ਸਿਸਟਮ ਕੰਮ ਕਰੇ, ਹਾਸਪਿਟਲ ਚ ਐਡਮਿਟ ਕਰਾਇਆ ਜਾਵੇ, ਉੱਥੇ ਪ੍ਰੋਪਰ ਟ੍ਰੀਟਮੈਂਟ ਹੋਵੇ, ਇਹਦੀ ਕੇਅਰ ਹੋਵੇ, ਇੱਦਾਂ ਦਾ ਵੀ ਕੋਈ ਸਿਸਟਮ ਨੀ ਕੰਮ ਕਰਦਾ। ਹੁਣ ਵੋਟਾਂ ਆ ਗਈਆਂ, ਹੁਣ 3-4 ਮਹੀਨੇ ਇੱਥੇ ਪੂਰਾ ਬਾਜ਼ਾਰ ਗਰਮ ਰਹਿਣਾ, ਪੂਰਾ ਇੱਥੇ ਵੋਟਾਂ ਦਾ, ਲੋਕਾਂ ਦਾ, ਲੋਕਤੰਤਰ ਦਾ ਘਾਣ ਹੋਣਾ ਇੱਥੇ। ਪਰ ਅਸਲੀਅਤ ਦੇ ਵਿੱਚ ਜ਼ਿੰਦਗੀ ਸਾਡੀ ਇੱਦਾਂ ਹੀ ਰਹਿਣੀ, ਜਿਹੜੀ ਹਾਲਤ 'ਚ ਅੱਜ ਇਹ ਬੰਦਾ ਪਿਆ, ਇਹਨਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਨਹੀਂ ਆਉਣਾ। 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਪਤਾ ਨਹੀਂ ਕਿੰਨੀ ਵਾਰ ਅਸੈਂਬਲੀਆਂ ਚੁਣ ਲਈਆਂ, ਕਿੰਨੀ ਵਾਰੀ ਰਾਜ ਸਭਾ ਵਿਧਾਨ ਸਭਾ ਹੋ ਚੁੱਕੀ ਆ, ਪਰ ਆਮ ਬੰਦਾ ਵੱਧ ਤੋਂ ਬਦਤਰ ਹਾਲਾਤਾਂ 'ਚ ਹੀ ਪਿਆ ਹੈ। ਅਤੇ ਸਾਡੀ ਬੇਨਤੀ ਆ, ਹੁਣ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ, ਲੋਕਾਂ ਨੂੰ ਬੇਨਤੀ ਆ, ਭਾਈ ਜਿਨ੍ਹਾਂ ਨੂੰ ਵੋਟਾਂ ਪਾਉਣੀਆਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਾਡੇ ਲਈ ਕੀ ਇੰਤਜ਼ਾਮ ਕਰ ਰਹੇ ਹੋ, ਸਾਡੇ ਲਈ ਕਿਹੜੇ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰੋਗੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਆਊਗਾ, ਜਾਂ ਜਿਹੜੇ ਆਮ ਲੋਕ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਆ ਉਹਨਾਂ ਦੀ ਜ਼ਿੰਦਗੀ ਵਾਸਤੇ ਕੀ ਤੁਸੀਂ ਬਿਹਤਰ ਉਪਰਾਲੇ ਕਰ ਰਹੇ ਹੋ, ਇਹ ਜ਼ਰੂਰ ਸਵਾਲ ਕਰਿਆ ਕਰੋ, ਤਾਂ ਜੋ ਇੱਕ ਚੰਗਾ ਸਮਾਜ ਸਿਰਜ ਸਕੀਏ, ਚੰਗਾ ਸੋਹਣਾ ਪੰਜਾਬ। ਸਾਡੇ ਪੰਜਾਬ ਦੀਆਂ ਇੱਦਾਂ ਦੀਆਂ ਤਸਵੀਰਾਂ ਦੇਖ ਕੇ ਸ਼ਰਮ ਆਉਂਦੀ ਆ ਆਪਣੇ ਆਪ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਇੱਕ 15 ਦਿਨਾਂ ਤੋਂ ਬੰਦਾ ਇੱਦਾਂ ਹੀ ਘੁੰਮ ਰਿਹਾ ਨੰਗਾ, ਇੱਦਾਂ ਹੀ ਸੜਕਾਂ ਤੇ ਲਿਟ ਰਿਹਾ, ਤੜਫ ਰਿਹਾ, ਖਾਜ ਕਰ ਰਿਹਾ। ਲੁਧਿਆਣੇ ਦਾ ਸਭ ਤੋਂ ਵੱਡਾ ਹਸਪਤਾਲ ਆ ਦਯਾਨੰਦ ਹਸਪਤਾਲ DMC, ਜਿੱਥੇ ਦੁਨੀਆਂ ਭਰ ਤੋਂ ਲੋਕ ਇਲਾਜ ਕਰਾਉਣ ਆਉਂਦੇ ਨੇ, ਤੇ ਉਹਦੇ ਬਾਹਰ ਪਿਆ ਇਹ ਬੰਦਾ ਇੱਕ ਛੋਟੀ ਜਿਹੀ ਸਮੱਸਿਆ ਕਰਕੇ ਤੜਫ ਰਿਹਾ, ਇਹਦੀ ਮਦਦ ਕਰਨ ਵਾਸਤੇ ਕੋਈ ਉਪਰਾਲਾ ਨਹੀਂ, ਕੋਈ ਸਿਸਟਮ ਨਹੀਂ। ਕਿਉਂ? ਕਿਉਂਕਿ ਅਸੀਂ ਖੁਦ ਆਪਣੇ ਆਪ ਵਾਸਤੇ ਸੋਚਦੇ ਹਾਂ, ਅਸੀਂ ਸੈਲਫਿਸ਼ ਹੋ ਗਏ ਹਾਂ, ਇਸ ਕਰਕੇ ਸਾਨੂੰ ਵੀ ਕੋਈ ਫਰਕ ਨਹੀਂ ਪੈਂਦਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਇਹਨਾਂ ਦੀ ਜ਼ਿੰਦਗੀ 'ਚ ਜੋ ਮਰਜ਼ੀ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ, ਤਾਂ ਹੀ ਆ ਹਾਲਾਤ। ਧੰਨਵਾਦ ਕਰਦੇ ਹਾਂ ਵੀਰ ਉਹਨਾਂ ਦਾ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਆ, ਹੋਰ ਸਮਾਨ ਵੀ ਸੀ ਬਾਪੂ, ਸਮਾਨ ਕਿੱਥੇ ਤੇਰਾ, ਜਿਹੜਾ ਤੇਰੇ ਕੋਲ ਸਮਾਨ ਸੀ ਕਿੱਥੇ ਗਏ, ਕੱਪੜੇ ਕੰਬਲ ਕੁੰਬਲ ਰਜਾਈਆਂ ਬੈਗ ਉਧਰ ਰੱਖ ਹੋਇਆ, ਉਹ ਮੈਂ ਤਾਂ ਹਾਸਪਿਟਲ ਉਧਰ ਰੱਖ ਹੋਇਆ, ਕਿੱਥੇ ਪਾਰਕ 'ਚ ਰੱਖਿਆ, ਪਾਰਕ 'ਚ ਰੱਖਿਆ ਹੋਇਆ, ਪਾਰਕ ਪਾਰਕ ਮੈਂ ਜੋ ਉਧਰ ਰੱਖ ਦਿਆ, ਔਰ ਵਾਹ ਰੱਖਾ ਬਾਬਾ, ਤੁਸੀਂ ਕੱਪੜੇ ਵਗੈਰਾ ਜਿਹੜੇ ਤੇਰੇ ਕੋਲੇ ਸੀ, ਬੈਗ ਬੂਗ ਟੈਚੀ ਟੂਚੀ, ਉਹਦੇ ਲਈ ਤੇਰੇ ਕੋਈ ਕਾਗਜ਼ ਤਾਂ ਨਹੀਂ ਸੀਗੇ, ਆਧਾਰ ਕਾਰਡ ਵਗੈਰਾ? ਨਹੀਂ, ਮੇਰਾ ਨਾਮ ਤਾਂ ਘਰੇ ਛੋੜ ਕੇ ਆਇਆ, ਘਰੇ ਛੋਟਾ ਆਇਆ ਆਧਾਰ ਕਾਰਡ, ਠੀਕ ਹੈ, ਚਲੋ ਫਿਰ ਚਲਤੇ ਆ ਜਾ ਬਾਬਾ, ਉੱਠੋ ਖੜੇ ਹੋ ਜਾਓ, ਬਿਲਕੁਲ ਠੀਕ ਹੈ ਜੀ, ਅਗਰਵਾਲ ਸੀ ਕਿਹੜਾ, ਹਾਂਜੀ ਹਾਂਜੀ, ਹੁਣ ਤਾਂ ਠੀਕ ਹੈ ਜੀ, ਵਧੀਆ ਹਾਂ, ਵਧੀਆ ਹੋ ਗਿਆ, ਮਰ ਗਿਆ ਸੀ ਉਹ, ਇਹਦਾ ਹਾਲ ਫਿਰ ਠੀਕ ਹੈ ਉਹਨਾਂ ਨੂੰ, ਹਾਂ ਤੇ ਅਸੀਂ ਕਰਨੇ ਦੀ ਹਿੰਮਤ ਨਹੀਂ ਹੈ, ਇਸ ਪਰਦੇਸੀ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ,
ਯਾਨੀ ਕਿ ਵਿਚਾਰੇ ਦੀ ਲੱਤਾਂ ਚ ਜਾਨ ਨੀ, ਪਾਣੀ ਔਰ ਲੈ ਦਿੱਤਾ ਮੈਂ ਬਾਬਾ, ਔਰ ਲੈ ਲੇਗੇ ਪਾਣੀ, ਵਿਚਾਰੇ ਦੀਆਂ ਲੱਤਾਂ ਚ ਵੀ ਜਾਨ ਨੀ ਬਚੀ, ਨਹੀਂ ਪੈਸੇ ਨੀ ਚਾਹੀਦੇ, ਰੁਕ ਜਾਓ ਬਾਬਾ, ਰੁਕ ਜਾਓ ਕੋਈ ਫਰੂਟ ਫਰਾਟ ਲੈ ਦੋ ਇੱਥੋਂ, ਸਮਾਨ ਲੈ ਦੋ ਕੋਈ ਬਾਬਾ ਜੀ, ਫਰੂਟ ਲੈ ਦੋ, ਸਿਓ ਲੈ ਦੋ ਇੱਥੋਂ, ਔਰ ਸਿਓ ਲੈ ਦੋ, ਸਿਓ ਲੈ ਦੋ, ਬੋਤਲਾਂ ਕੱਢ ਪੁਰ ਸਕਦੇ ਪਾਣੀ ਵਾਲੀ, ਆਹ ਫੜਾ ਦੇ ਪਹਿਲਾਂ, ਚੰਗੀ ਨਾ ਖਾਲੀ ਕਰ, ਸਤਿ ਸ਼੍ਰੀ ਅਕਾਲ ਵੀਰ ਜੀ, ਪੈਸੇ ਨੀ ਜੀ ਲੈਂਦੇ ਆਪਾਂ, ਪੈਸੇ ਲੈਂਦੇ ਨੀ, ਲੈਂਦੇ ਨੀ ਵੀਰ ਜੀ, ਕੋਈ ਸਮਾਨ ਲੈ ਦੋ, ਫਰੂਟ ਲੈ ਦੋ, ਹਾਂਜੀ ਵੀਰ ਜੀ, ਪਹਿਲਾਂ ਖੜ ਜੀ ਬਾਪੂ, ਖੜ ਜੀ ਆਪਾਂ ਹੱਥ ਪੁੱਛ, ਹੱਥ ਪਾ ਕੇ, ਨਹੀਂ ਨਹੀਂ ਬਾਪੂ ਕੋਈ ਨੀ, ਚੱਪਲ ਉਤਾਰ ਦੇ, ਆ ਵੀ ਚੱਪਲ ਉਤਾਰ ਦੇ ਬਾਬਾ, ਇੱਥੇ ਰੱਖ ਲੈ ਕੰਬਲ, ਚੱਕ ਦੇ ਗਾਂਹ ਕਰ ਦੇ ਕੰਬਲ, ਇੱਥੇ ਬਹਿ ਜਾ ਉੱਪਰ ਪੁੱਤ, ਕਢਾਉਂਦਾ ਪੇਪਰ ਤੂੰ ਕਢਾ ਕੇ ਲਵਾ, ਤੇ ਬਸ ਇੰਨੀਆਂ ਕੁ ਬੇਨਤੀਆਂ ਸਾਡੀਆਂ, ਆਪਣੇ ਆਸ ਪਾਸ ਜ਼ਰੂਰ ਖਿਆਲ ਕਰਿਆ ਕਰੋ ਸਾਰੇ, ਆਪਣੇ ਆਸ ਪਾਸ ਹੀ ਇਸ ਤਰ੍ਹਾਂ ਦੇ ਲੋਕ ਤੜਫਦੇ ਨੇ, ਆਪਣੇ ਆਸ ਪਾਸ ਹੀ ਲੋਕ ਜ਼ਿੰਦਗੀਆਂ ਨਰਕ ਵਾਲੀਆਂ ਕੱਟਦੇ ਨੇ, ਪਰ ਜੇ ਅਸੀਂ ਉਪਰਾਲਾ ਕਰੀਏ ਤਾਂ ਹੀ ਕੋਈ ਹੋਰ ਤੁਹਾਡੇ ਨਾਲ ਲੱਗ ਕੇ ਉਪਰਾਲੇ 'ਚ ਸਾਥ ਦੇ ਕੇ ਉਹ ਕਾਰਵਾਂ ਬਣ ਜੂਗਾ। ਅੱਜ ਸਾਡੇ ਵਰਗੇ ਕਲਜੁਗੀਆਂ ਨੂੰ ਸੱਚੇ ਪਾਤਸ਼ਾਹ ਨੇ ਏਡੀ ਵੱਡੀ ਡਿਊਟੀ ਲਾਤੀ ਆ, ਅਸੀਂ ਤਾਂ ਇੰਨੀ ਔਕਾਤ ਦੇ ਮਾਲਕ ਵੀ ਨਹੀਂ ਸੀਗੇ ਜਿੱਡੀ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਆ। ਤੁਸੀਂ ਵੀ ਜ਼ਰੂਰ ਆਪਣੇ ਆਸ ਪਾਸ ਖਿਆਲ ਰੱਖੋ, ਲੋੜਵੰਦਾਂ ਦੀ ਮਦਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੰਦੇ ਜੀ ਕਾਰਡ ਦੇਣ ਕਾਰਡ ਦੇ।